ਤੂੰ ਮੁਰਦਾਬਾਦ 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 ਮੁਰਦੀ ਸਰਕਾਰ ਮੁਰਦਾਬਾਦ 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 ਦਲ ਕਤਲੀ ਸਰੇਕੇ ਮੁਰਦਾਬਾਦ ਮੁਰਦਾਬਾਦ ਦਲ ਕਤਲੂ ਰੇਕੇ ਮੁਰਦਾਬਾਦ 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 ਪਾਕੀ ਜਨਤਾ ਪਾਰਟੀ ਮੁਰਦਾਬਾਦ 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 ਸੈਨਾ ਮਜ਼ਦੂਰਾਂ ਨੂੰ ਗੁੰਡੇ ਕਹਿਣ ਵਾਲਾ ਰੇਕੂ ਮੁਰਦਾਬਾਦ 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 ਦਲ ਕਤਲੂ ਰੇਕੂ ਮੁਰਦਾਬਾਦ ਮੁਰਦਾਬਾਦ ਕੱਲੇ ਰਿੰਕੂ ਦਾ ਵਿਰੋਧ ਨਹੀਂ ਕਰ ਰਿਹਾ, ਅਸੀਂ ਜਿਹੜੀ ਭਾਜਪਾ ਦੀ ਉਹ ਸਾਰੇ ਇੰਡੀਆ ਦੇ ਵਿੱਚ ਜਿਹੜਾ ਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ। ਉਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਆ ਉਹ ਕਿਸਾਨ ਪੱਖੀ ਨਹੀਂ, ਉਹ ਮਜ਼ਦੂਰ ਪੱਖੀ ਨਹੀਂ। ਇਹਨਾਂ ਨੇ ਕੋਪਰੇਟ ਘਰਾਣੇ ਜਿਹੜੇ ਆ ਉਹਨਾਂ ਨੂੰ ਜਿਹੜਾ ਨਹੀਂ ਰਜੋੜਾ ਆ ਅਸੀਂ ਇਸ ਕਰਕੇ 13-14 ਮਹੀਨੇ ਜਿਹੜੇ ਅਸੀਂ ਦਿੱਲੀ ਲਾਏ ਆ ਉੱਥੇ ਸਾਨੂੰ ਦਿੱਲੀ ਬੰਨ ਨਹੀਂ ਦਿੱਤਾ। ਉਹ ਬੰਨ ਕਿਉਂ ਨਹੀਂ ਦਿੱਤਾ ਕਿ ਅਸੀਂ ਜਿਹੜੇ ਆ ਅਸੀਂ ਭਾਰਤ ਦੇ ਵਾਸੀ ਨਹੀਂ, ਅਸੀਂ ਵੀ ਉੱਥੇ ਦੇ ਜੰਮ ਪਾਏ ਆ, ਸਾਡਾ ਵੀ ਅਧਿਕਾਰ ਆ ਉੱਥੇ ਦਿੱਲੀ ਜਿਹੜੀ ਸਾਡੀ ਉਹ ਰਾਜਧਾਨੀ ਆ ਅਸੀਂ ਉੱਥੇ ਜਾ ਸਕਦੇ ਹਾਂ। ਪਰ ਇਹਨਾਂ ਬੇਈਮਾਨਾਂ ਨੇ ਭਾਜਪਾ ਸਰਕਾਰ ਨੇ ਇਹਨਾਂ ਦਾ ਪਾਕਿਸਤਾਨ ਦੇ ਉੱਤੇ ਉੱਥੇ ਨਿਕਲ ਬਾਰਡਰ ਲੱਗੇ ਜਿਹੜੇ ਇਹਨਾਂ ਨੇ ਕਿਸਾਨਾਂ ਨੂੰ ਜਾਣ ਤੋਂ ਉੱਥੇ ਰੋਕੀ ਰੱਖਿਆ। ਔਰ ਸਾਡੇ ਜਿਹੜੇ ਆ 750 ਕਿਸਾਨ ਜਿਹੜਾ ਆ ਉਸ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਔਰ ਇਹਨਾਂ ਨੇ ਅੱਜ ਤੱਕ ਕਿਸੇ ਕਿਸਾਨ ਦੀ ਬਾਤ ਨਹੀਂ ਪੁੱਛੀ। ਇਹ ਅਸੀਂ ਅੱਜ ਰੇਂਕੂ ਦਾ ਇੱਥੇ ਵਿਰੋਧ ਕੀਤਾ, ਤਕਾਲਾ ਨੂੰ ਇਹਨੇ ਰੁੜ ਕੇ ਜਾਣਾ ਜਾਂ ਹੋਰ ਕਿਤੇ ਜਾਣਾ। ਇਹਦਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਸ ਏਰੀਏ ਦੇ ਕਿਸਾਨ ਜਿਹੜੇ ਆ ਇਹਦਾ ਡਟ ਕੇ ਵਿਰੋਧ ਕਰਾਂਗੇ। ਔਰ ਜਿਹੜੇ ਇਹਦਾ ਹੱਥ ਹੈ ਅਸੀਂ ਜਿਹੜੇ ਇਹਨੂੰ ਸਵਾਲ ਪੁੱਛਣੇ 11 ਉਹ ਸਵਾਲ ਨੇ ਕਿ ਜਿਹੜੇ ਲਖਵੀਰ ਖੀਰੀ ਸਾਡੇ ਕਿਸਾਨਾਂ ਦੇ ਉੱਤੇ ਇਹਦੇ ਗੁੰਡਿਆਂ ਨੇ ਜੀਪ ਚਾੜ ਕੇ ਕਿਸਾਨ ਮਾਰੇ, ਵਿੱਚ ਇੱਕ ਸਾਡਾ ਪੱਤਰਕਾਰ ਭਰਾ ਵੀ ਮਾਰਿਆ, ਉਹ ਲਈ ਅੱਜ ਤੱਕ ਨਹੀਂ ਕਿਸੇ 'ਤੇ ਪਰਚਾ ਦਰਜ ਨਹੀਂ ਕੀਤਾ। ਉਹ ਨੇ ਸਾਡੀ ਇਹ ਮੰਗ ਆ ਕਿ ਜਿਹੜਾ ਉੱਥੇ ਨਹੀਂ ਕੈਂਡੀਡੇਟ ਖੜਾ ਕੀਤਾ ਉਹਦੀ ਜਿਹੜੀ ਆ ਕੈਂਡੀਡੇਟ ਰੱਦ ਹੋਣਾ ਚਾਹੀਦਾ। ਔਰ ਜਿਹੜਾ ਕਿਸਾਨਾਂ 'ਤੇ ਪੱਤਰਕਾਰ 'ਤੇ ਕਤਲ ਹੋਇਆ ਆ ਉਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਆ। ਇਸੇ ਤਰ੍ਹਾਂ ਅੱਜ ਰਿੰਕੂ ਆਇਆ ਕੋਈ ਗੱਲ ਸੁਣੀ ਤੁਹਾਡੀ ਕੋਲ? ਸਾਡੀ ਕੋਈ ਗੱਲ ਨਹੀਂ ਸੁਣੀ, ਸਾਡਾ ਵੀ ਸੀ ਪ੍ਰਸ਼ਾਸਨ ਦਾ ਵੀ ਜ਼ੋਰ ਲੱਗਾ ਆ ਕਿਸਾਨ ਜਿਹੜੇ ਅੱਗੇ ਨਾ ਵਧਣ, ਸਾਡਾ ਅਸੀਂ ਲਾਈਨ 'ਚ ਲੱਗ ਕੇ ਪੂਰਾ ਉਹਦਾ ਵਿਰੋਧ ਕਰਨਾ ਔਰ ਕੀਤਾ। ਅਸੀਂ ਪਹਿਲੇ ਇਹ ਬਣਾਇਆ ਸੀ ਵੀ ਅਸੀਂ ਉਹਦੀ ਗੱਡੀ ਦੇ ਮੂਹਰੇ ਨਹੀਂ ਜਾਣਾ। ਮੰਗ ਕੀ ਕਰਦੇ ਹਾਂ? ਮੰਗ ਅਸੀਂ ਇਹ ਕਰਦੇ ਹਾਂ ਕਿ ਰਿੰਕੂ ਸਾਹਿਬ ਤੁਸੀਂ ਜਿਹੜੀਆਂ ਮੰਨ ਲਓ ਦਲ ਬਦਲੂ ਹੋ, ਪਹਿਲਾਂ ਤੁਸੀਂ ਕਾਂਗਰਸੀ ਸੀ ਉੱਥੋਂ MLA ਬਣੇ ਆ, ਉਦੋਂ ਬਾਅਦ ਤੁਸੀਂ ਟਪੂਸੀ ਮਾਰੀ ਫਟਾਫਟ ਝਾੜੂ ਵਾਲਿਆਂ 'ਚ ਆ ਗਏ, ਉੱਥੇ ਤੁਹਾਡੀ ਗੱਲ ਨਹੀਂ ਬਣੀ। ਅੱਜ ਤੁਸੀਂ ਟਪੂਸੀ ਮਾਰੀ ਭਾਜਪਾ 'ਚ ਆ ਗਏ ਆ ਕਿ ਇਹਨਾਂ ਲੋਕਾਂ ਨੂੰ ਇਹ ਦੱਸ ਦਿਓ ਉਹ ਬੇਈਮਾਨਾਂ 'ਤੇ ਕੱਲ੍ਹ ਨੂੰ ਕਿੱਥੇ ਜਾਣਾ ਆ, ਕਿ ਹੈ ਕੋਈ ਸਟੈਂਡ ਜਿੱਥੇ ਮੰਨ ਲਓ ਸਾਡੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਕਹਿੰਦੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਗਾ। ਉਹ 13 ਬੇਈਮਾਨਾਂ ਕੋਲ ਟਿਕਾਣਾ, ਤੂੰ 3-4 ਪਾਰਟੀਆਂ ਬਦਲ ਗਏ ਆ, ਉਹ ਵੀ ਮੰਨ ਲਓ ਰਾਜਭਾਗ ਕਰਨ ਦੇ ਜਾਨਾਂ ਨੂੰ। ਦੇਖੋ ਫਲੋਰ ਦੇ ਵਿੱਚ ਜਿਹੜਾ ਅੱਗੇ ਨਾਲੋਂ ਪਾਰਟੀ ਦੇ ਜਿਹੜੇ ਕਾਰਜਕਰਤਾ ਇਹ ਵੀ ਮੈਨੂੰ ਉਤਸ਼ਾਹਿਤ ਨਜ਼ਰ ਆ ਰਹੇ ਆ। ਜਿੰਨੀਆਂ ਵੋਟਾਂ ਪਿਛਲੇ ਸਾਲ ਪਈਆਂ ਸੀ ਮੈਨੂੰ ਲੱਗਦਾ ਕਿ ਹੁਣ ਜਿਹੜੇ ਨਤੀਜੇ ਆ ਬੜੇ ਇੱਥੇ ਹੈਰਾਨੀਜਨਕ ਹੋਣਗੇ, ਕਿਉਂਕਿ ਅੰਡਰ ਕਰੰਟ ਆ ਜਿਹੜਾ ਉਹ ਬਹੁਤ ਮੈਂ ਇੱਥੇ ਫੀਲ ਕਰ ਰਿਹਾ। ਹਾਂ ਬਹੁਤ ਸਾਰੇ ਲੋਕ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਸਾਹਮਣੇ ਨਾ ਲਿਆਓ, ਅਸੀਂ ਵੋਟ ਪਾਉਣ ਲਈ ਤਿਆਰ ਹਾਂ।
ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੂਸਰੇ ਸੂਬਿਆਂ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ, ਤਾਂ ਲੋਕ ਭਲੀ ਭਾਂਤੀ ਜਾਣਦੇ ਹੈ ਕਿ ਪ੍ਰਧਾਨ ਮੰਤਰੀ ਹੈ ਜਿਹੜੇ ਨਰਿੰਦਰ ਮੋਦੀ ਬਣਨ ਜਾ ਰਹੇ ਹੈ। ਅਗਰ ਜਲੰਧਰ ਦੇ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਏਗਾ ਤਾਂ ਹੀ ਜਿਹੜੀ ਡਿਵੈਲਪਮੈਂਟ ਦੀ ਆਸ ਹੈ ਜਲੰਧਰ ਦੇ ਲਈ, ਫਲੋਰ ਦੇ ਲਈ ਜਾਂ ਦੂਸਰੇ ਹਲਕਿਆਂ ਦੇ ਲਈ ਕੀਤੀ ਜਾ ਸਕਦੀ ਹੈ। ਇਸ ਕਰਕੇ ਲੋਕ ਅੱਜ ਇਸ ਗੱਲ ਦਾ ਮਨ ਬਣਾ ਚੁੱਕੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵਾਲੀ ਪਾਰਟੀ ਦਾ ਹੀ ਨੁਮਾਇੰਦਾ ਜਿਹੜਾ ਜਲੰਧਰ ਤੋਂ ਜਿਤਾ ਕੇ ਭੇਜਾਂਗੇ। ਤੁਸੀਂ ਕਹਿ ਰਹੇ ਹੋ ਸਰਕਾਰੀ ਜਿਹੜੇ ਵਿਰੋਧ ਕਰ ਰਹੇ? ਦੇਖੋ ਬਿਲਕੁਲ, ਮੈਂ ਤਾਂ ਇਹ ਗੱਲ ਕਹਾਂਗਾ ਕਿ ਸਰਕਾਰ ਦੁਆਰਾ ਜਿਹੜੇ ਹੈ ਭੇਜੇ ਗਏ ਲੋਕ ਹੈ, ਅਗਰ ਸਰਕਾਰ ਨੇ ਨਹੀਂ ਭੇਜੇ ਤਾਂ ਜਿਹੜਾ ਸੁਖਾਵੇਂ ਮਾਹੌਲ ਦੇ ਵਿੱਚ ਇਲੈਕਸ਼ਨ ਹੈ ਇਹ ਸਰਕਾਰ ਨੂੰ ਕਰਵਾਉਣਾ ਚਾਹੀਦਾ। ਕਿਸਾਨਾਂ ਦਾ ਇਹੀ ਕਹਿਣਾ ਵੀ ਸਾਡੇ ਨਾਲ ਗਵਰਨਮੈਂਟ ਰਾਬਤਾ ਕਾਇਮ ਕੀਤਾ ਜਾਵੇ, ਗੱਲਬਾਤ ਕੀਤੀ ਜਾਵੇ? ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਬਿਲਕੁਲ ਤਿਆਰ ਹਾਂ, ਪਰ ਟੇਬਲ ਟਾਕ ਕਰਨ ਲਈ, ਇਸ ਤਰੀਕੇ ਦੀ ਨਹੀਂ ਕਿ ਸੜਕਾਂ ਦੇ ਉੱਤੇ ਹੋਏ ਹੋਏ ਤੋਏ ਤੋਏ ਦੇ ਵਿੱਚ ਕੋਈ ਗੱਲ ਨਹੀਂ ਹੋਏਗੀ। ਅਗਰ ਕਿਸਾਨ ਵੀਰ ਕੋਈ ਗੱਲ ਕਰਨਾ ਚਾਹੁੰਦੇ ਆ ਤਾਂ ਮੋਸਟ ਵੈਲਕਮ, ਸਵਾਗਤ ਹੈ, ਮੇਰੇ ਕੋਲ ਆਉਣਗੇ ਜਾਂ ਮੈਨੂੰ ਆਪਣੇ ਕੋਲ ਬੁਲਾਉਣਗੇ, ਮੈਂ ਹਰ ਤਰੀਕੇ ਨਾਲ ਅਸੀਂ ਗੱਲ ਕਰਨ ਲਈ ਤਿਆਰ ਹਾਂ।